ਅੱਜ ਮੈਂ ਲਿਆ 24 hour ਚੈਲੰਜ, ਜਿਸ ਵਿੱਚ ਮੈਂ ਬਣਿਆ ਇੱਕ ਸਵਿਗੀ ਰਾਈਡਰ। ਅੱਜ ਦੇਖਦੇ ਹਾਂ ਇੱਕ ਡਿਲੀਵਰੀ ਬੁਆਏ ਨੂੰ ਪੂਰੇ ਦਿਨ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਇਹ ਚੈਲੰਜ ਮੈਂ ਕਰ ਪਾਊਂਗਾ ਜਾਂ ਨਹੀਂ। ਮੇਰੇ ਨਾਲ ਕੋਈ ਵੀ ਗਾਈਡੈਂਸ ਵਾਲਾ ਨਹੀਂ ਆ ਨਾ, ਪੂਰੇ ਦਿਨ ਦੇ ਵਿੱਚ ਆਪਾਂ ਕਿੰਨਾ ਇਨਸੈਂਟਿਵ ਬਣਾ ਸਕਦੇ ਹਾਂ, ਕਿੰਨੀ ਹੀ ਅਰਨਿੰਗ ਕਰ ਪਾਊਂਗਾ ਪੂਰੇ ਦਿਨ ਦੇ ਵਿੱਚ। ਤੁਸੀਂ ਵੀ ਇਸ ਚੈਲੰਜ ਦੇ ਨਾਲ ਜੁੜੇ ਰਹੋ, ਤਾਂ ਟਾਈਮਲੀ ਚੈਨਲ ਨੂੰ ਕਰ ਲਓ ਲਾਈਕ, ਸ਼ੇਅਰ, ਸਬਸਕ੍ਰਾਈਬ। ਆਪਾਂ ਚੱਲਦੇ ਆਪਣੀ ਲੋਕੇਸ਼ਨ ਦੀ ਤਰਫ, ਚਲੋ। ਤੇ ਗਾਇਸ, ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਆ ਤੇ ਮੈਂ ਆਨਲਾਈਨ ਹੋ ਗਿਆ ਆ। ਅਜੇ ਤੱਕ ਸਾਨੂੰ ਕੋਈ ਆਰਡਰ ਤੇ ਆਇਆ ਨਹੀਂ, ਆਪਾਂ ਵੇਟ ਕਰਦੇ ਆ ਇੱਥੇ। ਜੇ ਆਪਾਂ ਨੂੰ ਨਹੀਂ ਆਰਡਰ ਆਊਗਾ ਤੇ ਆਪਾਂ ਨੈਕਸਟ ਲੋਕੇਸ਼ਨ ਤੇ ਜਾਵਾਂਗੇ। ਅਜੇ ਵੇਖਦੇ ਆ, 5-10 ਮਿੰਟ ਵੇਟ ਕਰਦੇ ਆ, ਉਸ ਤੋਂ ਬਾਅਦ ਵੇਖਦੇ ਆ ਨੈਕਸਟ ਲੋਕੇਸ਼ਨ ਤੇ ਜਾਣਾ ਹੈ ਕਿ ਨਹੀਂ। ਆਪਾਂ ਆਪਣੀ ਲੋਕੇਸ਼ਨ ਦੀ ਤਰਫ ਜਾ ਰਹੇ ਆ ਦੂਸਰੀ, ਕਿਉਂਕਿ ਇੱਥੇ ਸਾਨੂੰ ਕੋਈ ਆਰਡਰ ਹੀ ਨਹੀਂ ਪਿਆ ਉਹਦਾ। ਹੁਣ ਨੈਕਸਟ ਲੋਕੇਸ਼ਨ ਤੇ ਜਾ ਕੇ ਵੇਖਦੇ ਸਾਨੂੰ ਕੋਈ ਆਰਡਰ ਪਵੇ, ਪਹਿਲਾਂ ਜਲਦੀ ਜਲਦੀ ਤਾਂ ਆਪਾਂ ਆਰਡਰ ਕਰੀਏ। ਗਾਇਸ, ਆਪਾਂ ਨੂੰ ਪਹਿਲਾ ਆਰਡਰ ਆ ਚੁੱਕਿਆ 70 ਰੁਪਏ ਦਾ, ਆਪਾਂ ਚੁੱਕਦੇ ਹਾਂ। ਆਪਾਂ ਆਰਡਰ ਚੁੱਕ ਲਿਆ ਹੋਇਆ ਹੈ, ਆਪਾਂ ਨੂੰ ਚੱਲਦੇ ਆਰਡਰ ਦੀ ਤਰਫ। ਗਾਇਸ, ਆਪਾਂ ਆਰਡਰ ਪਿਕ ਕਰ ਲਿਆ ਹੈ, ਆਪਣਾ ਆਰਡਰ ਹੀ ਇੱਥੇ ਲੌਂਗ ਵਾਲੀ ਮਾਤਾ ਦੇ, ਤੇ ਆਪਾਂ 7.5 ਕਿਲੋਮੀਟਰ ਹੁਣ ਦੂਰ ਜਾਣਾ ਆਰਡਰ ਦੇਣ, ਤੇ ਆਪਾਂ ਚੱਲਦੇ ਹਾਂ। ਇੱਥੇ ਹੀ ਮਕਸਦ ਤੇ ਸਾਡਾ ਮਾਈਂਡ ਥੋੜਾ ਸਾਥ ਛੱਡ ਗਿਆ ਹੈ, ਮਾਈਂਡ ਸਾਡਾ ਖਰਾਬ ਹੋ ਗਿਆ ਹੁਣ ਸਾਡੀ। ਬਸ ਹਵਾ ਨਿਕਲ ਗਈ। ਪਹਿਲਾ ਆਰਡਰ ਸੀ ਜਿਹੜੇ ਆਪਾਂ ਡਰੈਸ ਕੇ ਆਪਾਂ ਉੱਥੇ ਪਹੁੰਚ ਗਏ ਸੀ, ਪਰ ਉਹ ਬੰਦਾ ਕਹਿੰਦਾ ਉਹ ਡਰੈਸ ਨਹੀਂ ਹੈਗਾ ਭਾਅ ਜੀ, ਅੱਗੇ ਪਿੱਛੇ ਆ ਜਾਓ। ਉਹਦਾ ਪਤਾ ਨਹੀਂ ਲੱਗਣਾ ਕਿੱਥੇ ਜਾਣਾ, ਨਾ ਉਹ ਬੰਦਾ ਫੋਨ ਫੜਨ ਡਿਆ, ਤੇ ਹੁਣ ਫੋਨ ਚੁੱਕ ਲਿਆਉਂਦੇ ਹਾਂ। ਚੁੱਕ ਲਿਆ ਹੁਣ। ਗਾਇਸ, ਫਾਈਨਲੀ ਆਪਾਂ ਪਹਿਲਾ ਆਰਡਰ ਕੰਪਲੀਟ ਕਰ ਦਿੱਤਾ ਹੈ। ਗਾਇਸ, ਸਾਨੂੰ ਦੂਜਾ ਆਰਡਰ ਪੈ ਗਿਆ ਹੈ ਕਾਲੇ ਦਾ ਢਾਬਾ, ਇਹ ਵੀ ਆਰਡਰ 70 ਰੁਪਏ ਦਾ ਆ, ਕਿਉਂਕਿ ਮੈਂ ਕਾਫੀ ਦਿਨਾਂ ਬਾਅਦ ਆਈਡੀ ਲੌਗਇਨ ਕੀਤੀ ਹੈ ਨਾ, ਇਸ ਕਰਕੇ ਇੰਨਾ ਟਾਈਮ ਇੰਨੇ ਇੰਨੇ ਵੱਡੇ ਅਮਾਊਂਟ ਵਾਲੇ ਮਤਲਬ ਆਰਡਰ ਆ ਰਹੇ ਆ ਸਾਨੂੰ। ਆਪ ਐਕਸੈਪਟ ਕਰ ਲਿਆ ਆਰਡਰ, ਪਲੱਸ ਮਲਟੀ ਆਰਡਰ, ਇਹ ਸਾਡਾ ਮਲਟੀ ਆਰਡਰ ਹੈ। ਜਿੰਨਾ ਸੋਚਿਆ ਸੀ ਕਿ ਕੰਮ ਈਜ਼ੀ ਹੋਵੇਗਾ, ਪਰ ਕਰਨ ਦੇ ਵਿੱਚ ਉਨਾ ਹੀ ਡਿਫਿਕਲਟ ਆ। ਤੁਸੀਂ ਵੀ ਇਸ ਵੀਡੀਓ ਦੇ ਨਾਲ ਜੁੜੇ ਰਹੋ, ਤਾਂ ਅੱਗੇ ਅੱਗੇ ਦੇਖਦੇ ਰਹੋ ਕੀ ਹੁੰਦਾ ਆ। ਗਾਇਸ, ਕਰਕੇ ਸਾਨੂੰ 2 ਮਲਟੀ ਆਰਡਰ ਆਏ ਆ, ਤੇ ਹੁਣ ਆਪਾਂ ਪਹਿਲੇ ਇੱਕ ਇੱਕ ਵਾਰੀ ਵਾਰੀ ਸਾਨੂੰ ਦੋਵੇਂ ਡਿਲੀਵਰ ਕਰਨੇ ਆ, ਠੀਕ ਹੈ। ਤਾਂ ਪਹਿਲਾਂ ਡਿਲੀਵਰ ਕਰਨ ਜਾ ਲਏ, ਫਿਰ ਦੂਜਾ ਕਰਨ ਜਾਵਾਂਗੇ, ਤਾਂ ਫਿਰ ਦੱਸਾਂਗੇ ਕਿ ਇਹਦੀ ਕਿੰਨੀ ਕੁ ਪੇਮੈਂਟ ਮਿਲੂਗੀ ਆਪਾਂ ਨੂੰ। ਤਾਂ ਜੁੜੇ ਰਹੋ ਸਾਡੇ ਚੈਨਲ ਵੀਡੀਓ ਦੇ ਨਾਲ। ਗਾਇਸ, ਜਿਹੜਾ ਐਡਰੈਸ ਕਹੋਗੇ ਉੱਥੇ ਮਿਲਦਾ ਨਹੀਂ ਹੋਏ, ਉੱਥੇ ਦੀਆਂ ਲੋਕੇਸ਼ਨਾਂ ਦੱਸਦੇ ਰਹਿੰਦੇ ਸਾਰੇ। ਸਾਡਾ ਮਲਟੀ ਆਰਡਰ ਸੀ, ਅਤੇ ਪਹਿਲਾ ਆਰਡਰ ਆਪਾਂ ਦੇ ਦਿੱਤਾ ਹੈ, ਅਤੇ ਦੂਜੇ ਭਾਈ ਨੂੰ ਆਰਡਰ ਦੇਣ ਆਏ ਹਾਂ। ਬਾਕੀ ਹੁਣ ਚੱਲਦੇ ਹਾਂ ਅਗਲੇ ਆਰਡਰਾਂ ਦੀ ਗੱਲ। ਗਾਇਸ, ਆਪਾਂ ਚੌਥਾ ਆਰਡਰ ਲੈ ਆਏ ਹਾਂ, ਅਤੇ ਸਾਂਝਾ ਚੁੱਲ੍ਹੇ ਤੋਂ ਹੀ, ਅਤੇ ਇਹ ਵੀ ਹੁਣ ਆਪਾਂ ਡਿਲੀਵਰ ਕਰਨ ਜਾਂਦੇ ਹਾਂ। ਇਹ ਬੈਂਡ ਗਾਇਸ ਪੂਰੀ ਵੱਜ ਚੁੱਕੀ ਹੈ ਮੇਰੀ, ਅਤੇ ਮਤਲਬ ਮੇਰੇ ਕੋਲ 4 ਡਿਲੀਵਰੀਆਂ ਨੇ, ਪੂਰੀ ਬੈਂਡ ਵੱਜ ਚੁੱਕੀ ਹੈ। ਪਤਾ ਨਹੀਂ ਹੁਣ ਅੱਗੇ ਜਾ ਕੇ ਕੀ ਕਰਾਂਗੇ ਆਪਾਂ, ਭਾਅ ਜੀ ਰਾਤ ਵੀ ਲਾਉਣੀ ਹੈ, ਅਤੇ ਤੁਸੀਂ ਨਾਲ ਜੁੜੇ ਰਹੋ, ਅੱਗੇ ਅੱਗੇ ਪਤਾ ਨਹੀਂ ਕੀ ਹੁੰਦਾ ਆ। ਅਤੇ ਸਾਡੇ ਨਾਲ ਇੱਕ ਬਹੁਤ ਹੀ ਵੱਡਾ ਚੱਕਰ ਪੈ ਗਿਆ, ਮੈਨੂੰ ਆਇਆ ਆਰਡਰ, ਮੈਂ ਕੀਤਾ ਪਿੱਕ, ਜਦੋਂ ਮੈਂ ਰੈਸਟੋਰੈਂਟ 'ਤੇ ਆਇਆ ਤਾਂ ਰੈਸਟੋਰੈਂਟ ਹੀ ਬੰਦ, ਅਤੇ ਇੱਥੋਂ ਬੜਾ ਵੱਡਾ ਚੱਕਰ ਪੈ ਗਿਆ, ਇੱਕ ਰੈਸਟੋਰੈਂਟ ਬੰਦ ਹੋ ਕੇ ਮੁੜ ਕੇ ਰੈਸਟੋਰੈਂਟ ਵਾਲੇ ਨੂੰ ਮੈਂ ਕਾਲ ਕੀਤੀ, ਉਹਦੀ ਕਾਲ ਵੀ ਨਹੀਂ ਲੱਗੀ। ਅੱਧੇ ਵਿੱਚ ਆਪਾਂ ਕਸਟਮਰ ਨੂੰ ਫੋਨ ਕੀਤਾ, ਉਹ ਕਹਿੰਦੇ ਕਿ ਸਾਡੇ ਬੱਚੇ ਨੇ ਆਰਡਰ ਕੀਤਾ, ਉਹ ਅਜੇ ਘਰ ਨਹੀਂ ਹੈਗਾ, ਜਦੋਂ ਆਊਗਾ ਹੀ ਕੈਂਸਲ ਕਰ ਦਾਂਗੇ। ਬਾਅਦ ਵਿੱਚ ਉੱਥੇ ਪੰਗਾ ਪੈਂਦਾ ਰਿਹਾ, ਮੇਰੇ ਕੋਲ ਇੱਕ ਵੱਡੀ ਗਲਤੀ ਇਹ ਹੋ ਗਈ ਕਿ ਮੈਂ ਆਰਡਰ ਰੀਜਿਡ ਕਰਤਾ, ਕਿ ਮੈਂ ਪਹੁੰਚ ਗਿਆ ਆਰਡਰ ਲੈਣ, ਪਰ ਦੁਕਾਨ 'ਤੇ ਬੰਦ ਹੀ, ਅਤੇ ਮੈਂ ਆਰਡਰ ਕਿੱਥੋਂ ਲੈਂਦਾ, ਇਹ 'ਚ ਸਭ ਤੋਂ ਵੱਡਾ ਪੰਗਾ ਪੈ ਗਿਆ ਮੇਰੇ ਨਾਲ। ਅਤੇ ਹੁਣ ਆਪਾਂ ਫਿਰ ਆਰਡਰ ਕਰਨ ਚੱਲੇ, ਕਿਉਂਕਿ ਇੱਕ ਪੰਗਾ ਪੈ ਗਿਆ ਸੀ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਆ ਸਰ। ਅਤੇ ਗਾਇਸ, ਆਪਾਂ ਆਨਲਾਈਨ ਹੋ ਗਏ, ਅਤੇ ਆਪਾਂ ਨੂੰ ਆਰਡਰ ਆ ਗਿਆ, ਆ ਚੈੱਕ ਕਰੋ, 65 ਰੁਪਏ ਦਾ ਆਰਡਰ ਹੈ, ਅੰਨਾ ਪੂਰਨ ਢਾਬਾ, ਅਤੇ ਆਪਾਂ ਚੱਲਦੇ ਹੁਣ ਆਰਡਰ ਲੈਣ। ਆਪਾਂ ਨੂੰ ਫਿਰ ਤੋਂ ਆਰਡਰ ਆ ਚੁੱਕਿਆ ਹੈ ਮਲਟੀ ਸੂਟ ਦਾ, ਅਤੇ ਆਪਾਂ ਨੂੰ ਆਰਡਰ ਪਿੱਕ ਕਰਨ ਚੱਲੇ ਹਾਂ, ਅਤੇ ਆ ਜਾਓ ਪਿੱਕ ਕਰਨ।
ਰਾਤ ਹੋ ਚੁੱਕੀ ਹੈ, ਆਪਾਂ ਲੱਗੇ ਪਏ ਹਾਂ ਅਸੀਂ ਇੱਥੇ। ਗਾਇਸ ਰਾਤ ਹੋ ਚੁੱਕੀ ਹੈ ਤਾਂ ਮੈਂ ਆਪਣਾ ਇੱਥੋਂ 6th ਆਰਡਰ ਪਿੱਕ ਕਰੂੰਗਾ ਅਤੇ ਡਿਲੀਵਰ ਕਰਨ ਜਾਊਂਗਾ। ਅਤੇ ਗਾਇਸ ਆਪਾਂ ਆਰਡਰ ਹੁਣੇ ਦੇ ਦਿੱਤਾ ਹੋਇਆ ਆ ਅਤੇ ਆਪਾਂ ਨੂੰ ਐਰਕੀ ਕੈਸ਼ ਮਿਲੇ 125 ਰੁਪਈਏ। ਹੁਣ ਰਾਤ ਵੀ ਕਾਫੀ ਹੋ ਚੁੱਕੀ ਆ, ਸਾਨੂੰ ਇੱਕ ਹੋਰ ਆਰਡਰ ਪੈ ਗਿਆ ਆ ਕਾਲੇ ਦੇ ਢਾਬੇ ਦਾ, ਅਤੇ ਹੁਣ ਆਪਾਂ ਇਹ ਆਖਰੀ ਆਰਡਰ ਕਰਾਂਗੇ। ਤਾਂ ਚੈੱਕ ਕਰੋ ਕਿੰਨਾ ਹਨੇਰਾ ਹੋਇਆ ਵਾ, ਸਾਰੇ ਪਾਸੇ ਹਨੇਰਾ ਹੀ ਹਨੇਰਾ। ਅਸੀਂ ਕਦੇ ਇੰਨੀ ਰਾਤ ਤੱਕ ਕੰਮ ਨਹੀਂ ਕੀਤਾ। ਆਪਾਂ ਇਹ ਸਭ ਕੁਝ ਤੁਹਾਨੂੰ ਫੋਨ ਲਈ ਕਰ ਰਹੇ ਹਾਂ ਕਿ ਤੁਸੀਂ ਵੀ ਮਤਲਬ ਤੁਹਾਨੂੰ ਪਤਾ ਲੱਗੂਗਾ, ਆਪਾਂ ਐਂਡ 'ਤੇ ਵੀਡੀਓ ਸਾਰਾ ਕੁਝ ਦੱਸਾਂਗੇ ਤੁਹਾਨੂੰ, ਠੀਕ ਹੈ। ਉਹਨਾਂ ਇਹ ਵੀਡੀਓ ਨਾਲ ਜੁੜੇ ਰਹੇ ਹੋ ਸਾਰੇ ਜਣੇ, ਚੈੱਕ ਕਰੋ ਪੂਰਾ ਹਨੇਰਾ ਹਨੇਰਾ ਹੋਇਆ ਪਿਆ ਸਾਰੇ ਪਾਸੇ। ਗਾਈਸ ਸਾਡਾ ਆਪਾਂ ਕਾਕਾ ਦੇ ਢਾਬੇ ਤੋਂ ਆਰਡਰ ਪਿੱਕ ਕਰ ਲਿਆ ਅਤੇ ਸਾਡਾ ਲਾਸਟ ਆਰਡਰ ਆ, ਅਤੇ ਆਪਾਂ 3 ਕਿਲੋਮੀਟਰ ਦੂਰ ਹੀ ਛੱਡਣ ਜਾਣਾ। ਦਯਾਨੰਦ ਅੰਮ੍ਰਿਤਸਰ ਦੇ ਲਾਗੇ ਹੀ ਆ, ਅੰਮ੍ਰਿਤਸਰ ਦੇ ਵਿੱਚ ਹੀ ਆ ਮਤਲਬ ਕਲੋਨੀ 'ਚ, ਤਾਂ ਆਪਾਂ ਚੱਲਦੇ ਹਾਂ ਬਸ ਆਪਾਂ ਡਿਲੀਵਰ ਕਰਨਾ ਹੈ ਅਤੇ ਚਲੋ। ਪੈਸੇ ਕਮਾ ਕੇ ਲਿਆਂਦੇ ਆ ਲਾਸਟ ਆਰਡਰ 'ਤੇ ਵੀ, ਸਾਰੇ ਵੀ ਕੈਸ਼ ਵਾਲਾ ਸੀ, ਅਤੇ ਬਸ ਹੁਣ ਸਾਡੀ ਬੱਸ ਹੋ ਗਈ ਹੈ ਅਤੇ ਆਪਾਂ ਹੁਣ ਚੱਲਦੇ ਹਾਂ ਆਪਣੀ ਬਾਈਕ 'ਤੇ। ਆਪਣੀ ਬਾਈਕ ਦਿਖਾਓ, ਆਹ ਬਾਈਕ ਅੱਜ ਆਪਾਂ ਸਾਰਿਆਂ ਨੇ ਡਿਲੀਵਰੀਆਂ ਕੀਤੀਆਂ। ਅਤੇ ਗਾਇਸ ਤੁਸੀਂ ਅੱਜ ਦਾ ਸਾਰਾ ਸਟਰਗਲ ਸਾਡਾ ਦੇਖ ਲਿਆ ਹੋਣਾ ਆ। ਅਤੇ ਗਾਇਸ ਮੈਂ ਜਿੰਨਾ ਸੋਚਦਾ ਸੀ ਡਿਲੀਵਰੀ ਦਾ ਕੰਮ ਬਹੁਤ ਈਜ਼ੀ ਹੈ, ਇਹ ਕੰਮ ਦੇਖਣ ਨੂੰ ਹੀ ਈਜ਼ੀ ਲੱਗਦਾ ਹੈ, ਪਰ ਜਦੋਂ ਬੰਦਾ ਕਰਦਾ ਹੈ ਨਾ, ਜਿਹੜਾ ਬੰਦਾ ਕੰਮ ਕਰਦਾ ਆ ਤਾਂ ਉਹਨੂੰ ਹੀ ਪਤਾ ਆ, ਨਿੱਕੇ ਨਿੱਕੇ ਆਰਡਰਸ ਕਰਨੇ ਉੱਤੋਂ 20-25 ਰੁਪਏ ਕਮਾਉਣੇ। ਮੇਰੀ ਤਾਂ ਨਿਊ ਆਈ ਡੀ ਸੀ, ਮੈਂ ਲੋਗਿਨ ਵੀ ਬੜੇ ਦੇਰ ਬਾਅਦ ਕੀਤੀ ਸੀ, ਅਤੇ ਇਸ ਕਰਕੇ ਮੈਨੂੰ ਸਾਰੇ ਆਰਡਰ ਵੱਡੇ ਵੱਡੇ ਆ ਰਹੇ ਸੀ, ਅਤੇ ਆਹ ਵੀ ਸਾਰੇ ਕੈਸ਼ ਦੇ ਵਿੱਚ ਰਹੇ ਸੀ ਜਾਂ ਕੋਈ ਪੇਟੀਐਮ ਕਰ ਦਿੰਦਾ ਹੁੰਦਾ ਸੀ। ਅਤੇ ਮੇਰਾ ਵੀਰ, ਅਤੇ ਗਰਮੀ ਵੀ ਇੰਨੀ ਜ਼ਿਆਦਾ ਸੀ, ਅਤੇ ਮੇਰੇ ਨਾਲ ਮੇਰਾ ਦੋਸਤ ਸੀ, ਅਤੇ ਮੈਂ ਤੁਹਾਨੂੰ ਮਿਲਾਉਂਦਾ ਹਾਂ। ਇਹਨੇ ਮੇਰੇ ਨਾਲ ਅੱਜ ਸਾਰਾ ਕੰਮ ਕੀਤਾ, ਅਤੇ ਇਹਦੇ ਇਹੀ ਕੈਮਰਾਮੈਨ ਸੀ, ਅਤੇ ਇਹਨੇ ਹੀ ਕੈਮਰਾ ਆਪਣਾ ਸਾਂਭਿਆ। ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਸਾਡੀ ਬਹੁਤ ਹੀ ਮਿਹਨਤ ਲੱਗੀ ਹੈ, ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਡਿਲੀਵਰੀਆਂ ਕਰਦੇ ਰਹੇ ਹਾਂ, ਅਤੇ ਤੁਹਾਡੇ ਲਈ ਇੱਦਾਂ ਘੈਂਟ ਘੈਂਟ ਚੈਲੰਜ ਲੈ ਕੇ ਆਉਂਦੇ ਰਵਾਂਗੇ। ਅਤੇ ਗਾਇਸ ਉਨੇ ਟਾਈਮ ਲਈ ਟੇਕ ਕੇਅਰ, ਬਾਏ ਬਾਏ, ਅਤੇ ਰੱਬ ਰਾਖਾ, ਮਿਲਦੇ ਹਾਂ। ਵੋ ਕਹਿੰਦੇ ਹੈ ਨਾ, ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ, ਨਹੀਂ ਮੇਰੇ ਭਾਈ, ਕੁਛ ਪਾਣੇ ਕੇ ਲਈ ਕੁਛ ਕਰਨਾ ਪੜਤਾ ਹੈ। ਤਾੜੀ ਮਾਰ ਹੱਸਦੇ ਜੋ ਚੱਲੇ, ਤੁਹਾਨੂੰ ਦੱਸਦੇ ਜੋ ਗੁੱਡੀ ਚੜੀ ਮਗਰੋਂ ਇਹ ਆਪੇ ਪੈਰੀ।